विद्वता ते खोज भरपूर पाई गुर इकबाल सिंह जी दियां चार हथ लिखत किताबां मैं दस्यो मारग संतो शरदा दियां 11 निशानियां 9 विशेषताइयां श्री सुखमणि साहब जी जीवन सेता ट्रस्ट कोलों किताबां मंगवाउण लई संपर्क करो 98765-25850। महापुरशा अते सिंह साहिबान जी दी आसी सत्का भाई साहब भाई गुर इकबाल सिंह जी अते बीबी कौला जी भलाई केंद्र ट्रस्ट वल्लों बंदी छोड़ दिवस नु समर्पित 31वां सलाना गुरमत समागम 30 सितंबर तो 2 अक्टूबर तक बीबी कौला जी भलाई केंद्र ट्रस्ट तरन तारन रोड श्री अमृतसर साहिब विखे करवाया जा रहा है। 2 अक्टूबर नु सवेरे 8 बजे तो दोपहर 2 बजे तक गुरमत समागम होवेगा जिस विच कवि दरबार कीर्तन दरबार तो इलावा 13 साबत सूरत लोड़वंद बच्चे बच्चियां दे आनंद कारज भी होंगे। हरेक बच्चे बच्ची नू जरूरी समान तो इलावा 180 लीटर दा फ्रिज भी दिता जावेगा। विशेष बेनती लोड़वंद साबत सूरत परिवार जिन्हां दे रिश्ते पहला ही आपस विच तय हुए हन इन्हां नंबरां ते संपर्क कर सकते हन 98765-25815-25820-47। माई नू वेखो हुकम है दसना नहीं दसना नहीं हुकम ही मनना की जवाब दे माई चुप बाबा बुढ़ा जी कहंदे माई तू भावे बोल भावे ना बोल तेरे चेहरे दा नूर जड़ा है ना ओ दसदा पिया गुरु साहब बारे तेनू पता है आखो सतना तेरे चेहरे दी जड़ा रंग है ना बोलदा पिया माई पराई गुरु साहब किथे है गुरु अंगद साहब संगतां वे आखर माई पराई फिर चुप बाबा जी तीजी हरी कहंदे है माई पराई गुरु साहब किथे है जरा गा के पढ़े हूं धन माई विराई विराई जेड़ा जवाब दिता थोड़े सुनने नाल ना हां ना ना सारी संगत नूं ते बाबा बुढ़ा साहब जी नूं माई भराई ने की जवाब दिता भाई वीर सिंह ते होर राइटरां ने बड़े प्यार नाल उस समां लिखिया है इतिहास मुताबक रसना रहे रंग विच मनुआ रहे मंग विच रसना रहे रंग विच मनुआ रहे मंग विच रसना रहे रंग विच मनुआ रहे मंग विच गल बड़ी डूंगी है रसना रहे रंग विच मनुआ रहे मंग विच माई का जवाब धन नहीं है बीबिया बाबा जी पूछते है संगत माई गुरु साहब कितने है माई भराई गुरु साहब आख्या की कहती रसना रहे रंग विच मनुआ रहे मंग विच रसना जड़ी ओदे रंग च रवे मनुआ जड़ा ਮੰਗਦਾ ਰਵੇ ਗੁਰੂ ਸਾਹਿਬ ਕਿੱਥੇ ਹੈ ਆਖੋ ਸਤਨਾਮ ਰਸਨਾ ਰੰਗ ਚ ਰਵੇ ਤੇ ਮਨੁਆ ਮੰਗ ਚ ਰਵੇ ਰਸਨਾ ਰੇ ਰੰਗ ਵਿੱਚ ਮਨੁਆ ਰੇ ਮੰਗ ਵਿੱਚ
ਕਿੱਥੇ ਗੁਰੂ ਸਾਹਿਬ ਕਿੱਥੇ ਹੈ ਰਸਨਾ ਰੰਗ ਚ ਰਹੇ ਮਨ ਮੰਗ ਚ ਰਹੇ ਮੰਗੀ ਜਾਵੇ ਮੰਗੇ ਦਰਸ਼ਨ ਪਿਆਰ ਉਮੰਗ ਚ ਰਵੇ ਰਸਨਾ ਰਹੇ ਰੰਗ ਵਿੱਚ ਮਨੁਆ ਰਹੇ ਮੰਗ ਵਿੱਚ ਪਿਆਰ ਰਹੇ ਉਮੰਗ ਵਿੱਚ ਪਿਆਰ ਰਹੇ ਉਮੰਗ ਵਿੱਚ ਫਿਰ ਗੁਰੂ ਅੰਗ ਸੰਗ ਲੈ ਫਿਰ ਗੁਰੂ ਅੰਗ ਸੰਗ ਫਿਰ ਗੁਰੂ ਅੰਗ ਸੰਗ ਫਿਰ ਗੁਰੂ ਅੰਗ ਸੰਗ ਚਲੋ ਭੈਣੋ ਫਿਰ ਗੁਰੂ ਮਾਈ ਜੁਗਦੀ ਵਾਲੀ ਕਹਿੰਦੀ ਰਸਨਾ ਰਹੇ ਰੰਗ ਵਿੱਚ ਮਨੁਆ ਰਹੇ ਮੰਗ ਵਿੱਚ ਪਿਆਰ ਰਹੇ ਉਮੰਗ ਵਿੱਚ ਬਾਬਾ ਜੀ ਸੰਗਤ ਜੀ ਫਿਰ ਗੁਰੂ ਨੇੜੇ ਦੇਖੋ ਨਾ 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 ਹਾਂ ਤੇ ਭਾਈ ਵੀਰ ਸਿੰਘ ਜੀ ਤੇ ਹੋਰ ਰਾਈਟਰਾਂ ਨੇ ਅਗਲੀਆਂ ਲਾਈਨਾਂ ਲਿਖੀਆਂ ਹੋਏਗਾ ਦਿਆਲ ਜੇ ਰਸਨਾ ਰੰਗ ਵਿੱਚ ਮਨੁਆ ਮੰਗ ਵਿੱਚ ਪਿਆਰ ਉਮੰਗ ਵਿੱਚ ਤੇ ਮਾਈ ਕੀ ਕਹਿੰਦੀ ਭਰਾਈ ਹੋਏਗਾ ਦਿਆਲ ਹੋਏਗਾ ਦਿਆਲ ਦਰਸ਼ਨ ਦੇਗਾ ਬੁਲਾਏ ਕੇ ਹੋਏਗਾ ਦਰਸ਼ਨ ਦੇਗਾ ਬੁਲਾਏ ਕੇ ਹੋਏਗਾ ਦਿਆਲ ਦਰਸ਼ਨ ਪਿਆਰ ਉਮੰਗ ਵਿੱਚ ਤੇ ਮਾਈ ਭਰਾਈ ਕਹਿੰਦੀ ਫਿਰ ਹੋਏਗਾ ਦਿਆਲ ਦਰਸ਼ਨ ਦਏਗਾ ਉਹ ਦਰਸ਼ਨ ਬੁਲਾ ਕੇ ਦਏਗਾ ਹੋਏਗਾ ਦਿਆਲ ਦਰਸ਼ਨ ਦਏਗਾ ਬੁਲਾਏ ਕੇ ਸਾਡਾ ਗੁਰੂ ਅੰਗ ਸੰਗ ਹੈ ਆਖੋ ਸਤਨਾਮ ਬਾਬਾ ਜੀ ਤੇ ਸੰਗਤਾਂ ਕਹਿੰਦੀਆਂ ਹੁਣ ਮਾਈ ਵੇਖੋ ਇੱਕ ਬੰਦੇ ਹੁਕਮ ਹੈ ਗੁਰੂ ਦਾ ਦੱਸਣਾ ਨਹੀਂ ਬਾਬਾ ਬੁੱਢਾ ਸਾਹਿਬ ਤੇ ਸੰਗਤਾਂ ਕਹਿੰਦੀਆਂ ਮਾਈ ਧੰਨ ਗੁਰੂ ਦੇ ਪਿਆਰ ਦੀ ਗੱਲ ਵੀ ਕਹੀ ਜਾਂਦੀ ਵੀ ਉਹ ਨੇੜੇ ਹੈ ਅੰਗ ਸੰਗ ਦੱਸਦੀ ਵੀ ਨਹੀਂ ਮਾਈ ਦੱਸਣਾ ਗੁਰੂ ਸਾਹਿਬ ਕਿੱਥੇ ਹੈ ਹੁਣ ਜਿਹੜਾ ਗੱਲਾਂ ਬਰੀਕੀ ਵਾਲੀਆਂ ਟਿਕਾਓ ਨਾ ਸੁਣਿਓ ਮਾਈ ਭਰਾਈ ਕਹਿੰਦੀ ਏ ਹੱਠ ਨਹੀਂ ਚੰਗਾ ਹੁੰਦਾ ਵੀ ਹੱਠ ਨਾ ਕਰੋ ਗੁਰੂ ਸਾਹਿਬ ਕਿੱਥੇ ਹੱਠ ਨਹੀਂ ਚੰਗਾ ਹੁੰਦਾ ਰਜਾ ਚ ਰਹਿਣਾ ਚਾਹੀਦਾ ਆਪੋ ਸਾਥ ਨਾਲ ਦੱਸਿਆ ਨਹੀਂ ਅਜੇ ਕਿੱਥੇ ਹੱਠ ਨਹੀਂ ਚੰਗਾ ਹੁੰਦਾ ਰਜਾ ਚ ਰਹਿਣਾ ਚਾਹੀਦਾ ਆ ਕੰਨਾਂ ਨੂੰ ਹੱਥ ਲੱਗ ਗਏ ਜੇ ਹੁਣ ਸਾਡੇ ਬਾਬਾ ਬੁੱਢਾ ਜੀ ਕਿਹੜੇ ਘੱਟ ਹੈ ਆਖੋ ਸਾਥ ਨਾਲ ਬਾਬਾ ਜੀ ਦਾ ਜਵਾਬ ਸੁਣਿਆ ਮਾਈ ਕਹਿੰਦੀ ਏ ਹੱਠ ਨਹੀਂ ਚੰਗਾ ਮਾਈ ਭਰਾਈ ਰਜਾ ਚ ਰਹਿਣਾ ਚਾਹੀਦਾ ਬਾਬਾ ਜੀ ਨੇ ਵੇਖੋ ਕੀ ਕਿਹਾ ਤੁਹਾਡੇ ਪਕੜਨ ਵਾਲੀ ਗੱਲ ਜੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਾਈ ਪੁਕਾਰ ਕਰਨੀ ਨਾ ਗੁਰੂ ਦੇ ਦਰਸ਼ਨਾਂ ਦੀ ਇਹ ਰਜਾ ਨੂੰ ਮਿਟਣਾ ਨਹੀਂ ਹੈ ਆਖੋ ਸਤਨਾਮ ਕੱਲ ਬਰੀਕ ਜੇ ਨੂੰ ਸਮਝੋ ਘਰ ਜਾ ਕੇ ਮਾਈ ਕਹਿੰਦੀ ਰਾਜਾ ਹੱਠ ਨਹੀਂ ਕਰਨਾ ਚਾਹੀਦਾ ਰਾਜਾ ਚ ਰਹਿਣਾ ਚਾਹੀਦਾ ਬਾਬਾ ਜੀ ਕਹਿੰਦੇ ਪੁਕਾਰ ਕਰਨੀ ਰਾਜਾ ਨੂੰ ਮਿਟਣਾ ਨਹੀਂ ਹੈ ਨੋਟ ਕਰਿਓ ਗੱਲ ਪੁਕਾਰ ਕਰਨੀ ਰਾਜਾ ਨੂੰ ਮਿਟਣਾ ਨਹੀਂ ਹੈ ਬੱਚਿਆਂ ਨੇ ਪਿਤਾ ਨੂੰ ਪੁਕਾਰਨਾ ਹੀ ਹੈ ਆਖੋ ਸਤਨਾ ਕੈਸੇ ਸਵਾਲ ਜਵਾਬ ਹੈ ਵੀ ਰੰਗੀਆਂ ਰੂਹਾਂ ਸਾਰੀਆਂ ਹੁਣ ਇਸ ਇਕੱਠ ਚ ਜਿੱਤਾ ਰੰਧਾਵਾ ਵੀ ਭਾਈ ਸਧਾਰਨ ਵੀ ਹੈ ਭਾਈ ਭਗੀਰਥ ਵੀ ਹੈ ਭਾਈ ਧੀਰੋ ਵੀ ਹੈ ਭਾਈ ਬੁੜਾ ਕਲਾਮ ਵੀ ਹੈ
ਕਿਹੋ ਜਿਹਾ ਸਮਾਂ ਹੋਇਆ। ਬਾਬਾ ਜੀ ਕਹਿੰਦੇ ਮਾਈ ਤੈਂ ਦੱਸ ਨਾ ਦੱਸ, ਤੇਰੇ ਚਿਹਰੇ ਦਾ ਨੂਰ ਕਹਿੰਦਾ ਗੁਰੂ ਸਾਹਿਬ ਇੱਥੇ ਹੀ ਹੈ। ਆਖੋ ਸਤਨਾਮ। ਹੁਣ ਉਹਨੂੰ ਹੁਕਮ ਇਹ ਕਹਿੰਦੇ ਬਾਬਾ ਬੁੱਢਾ ਸਾਹਿਬ ਕਹਿੰਦੇ ਸੰਗਤ ਜੀ ਇੱਕ ਰਾਹ ਸਾਡੇ ਕੋਲ। ਸੰਗਤ ਕਹਿੰਦੀ ਜੀ ਉਹ ਕੀ? ਬਾਬਾ ਬੁੱਢਾ ਸਾਹਿਬ ਕਹਿੰਦੇ ਕੀਰਤਨ ਸ਼ੁਰੂ ਕਰ ਦਿਓ। ਗੁਰੂ ਕੀਰਤਨ ਦਾ ਆਸ਼ਕ ਹੈ। ਆਖੋ ਸਤਨਾਮ। ਇਤਿਹਾਸ ਜੇ ਕੋਈ ਗੱਲਾਂ ਨਹੀਂ, ਜਿੰਨੀ ਸੰਗਤ ਜਿੱਤਾ ਰੰਧਾਵਾ, ਭਾਈ ਭਗੀਰਥ, ਭਾਈ ਸਧਾਰਨ, ਬਾਬਾ ਬੁੱਢਾ ਸਾਹਿਬ ਨਾਲ ਸਾਰੀ ਸੰਗਤ ਨੇ ਕੀਰਤਨ ਆਰੰਭ ਕਰ ਦਿੱਤਾ। ਅੱਜ ਇੱਕ ਦੋ ਮਿੰਟ ਲੇਟ ਵੀ ਹੋ ਜਾਓਗੇ, ਟਿਕਾਓ ਰੱਖਣਾ ਸਾਖੀ ਪੂਰਾ ਹੋ ਜਾਏ ਮਾਈ ਭਰਾਈ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਭਉ ਤੇਰਾ ਭਾਂਗ ਖਲੜੀ ਮੇਰਾ ਚੀਰ। ਗੁਰੂ ਨਾਨਕ ਸਾਹਿਬ ਦਾ ਸ਼ਬਦ ਦੇ ਦਰਸ਼ਨਾਂ ਦਾ ਫਿਰ ਕਈ ਰਾਈਟਰ ਜਿਹੜੇ ਫਿਰ ਥੋੜ੍ਹੀ ਆਪਣੀ ਸਮੇਂ ਦੀ ਕਲਪਨਾ ਲਿਖਦੇ ਆ ਵੀ ਉਸ ਵੇਲੇ ਸ਼ਬਦ ਦਰਸ਼ਨਾਂ ਦਾ ਹੀ ਪੜ੍ਹਨਾ। ਗੁਰੂ ਅੰਗਦ ਸਾਹਿਬ ਦਾ ਸਮਾਂ ਗੁਰੂ ਨਾਨਕ ਦੀ ਬਾਣੀ ਅਜੇ ਕੋਲ, ਗੁਰੂ ਅਮਰਦਾਸ, ਗੁਰੂ ਨਾਮਦਾਸ, ਗੁਰੂ ਇਹ ਸਾਰੀ ਬਾਅਦ ਜਿਹੜੇ ਦਰਸ਼ਨ ਦੇ ਜੀਵਾਂ ਗੁਰੂ ਤੇਰਾ ਸ਼ਬਦ ਹੋਰ ਸ਼ਬਦ। ਆ ਗੁਰੂ ਨਾਨਕ ਸਾਹਿਬ ਦਾ ਸ਼ਬਦ ਸਾਰੀ ਸੰਗਤ ਕਰ ਦਰਸ਼ਨ ਕੀ ਭੂਖ ਮੈਂ ਦਰਮਾ ਤੋਂ ਨੀਤਾ ਨੀਤ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰਮਾ ਗਤ ਭੀਖਿਆ। ਅੱਜ ਇਹ ਗੁਣ ਲੈਣਾ ਜੀ, ਜਦੋਂ ਸੰਗਤ ਨੇ ਬਾਹਰ ਕੀਰਤਨ ਆਰੰਭ ਕਰ ਦਿੱਤਾ ਸਾਧ ਸੰਗਤ, ਅੱਜ ਬੜਾ ਵੱਡਾ ਗੁਣ ਲੈਣਾ। ਗੁਰੂ ਅੰਗਦ ਸਾਹਿਬ ਸੱਜਾ ਗੋਡਾ ਹਿੱਲਿਆ, ਖੱਬਾ ਹਿੱਲਿਆ, ਨਹੀਂ ਰੁਕਿਆ ਗਿਆ ਚੌਂਕੜਾ, ਉੱਠ ਪਏ, ਹੱਥ ਚਲੇ ਗਏ ਬੂਹੇ ਵੱਲ, ਬੂਹਾ ਖੋਲਿਆ ਤੇ ਸਾਰੀ ਸੰਗਤ ਨੂੰ ਗੁਰੂ ਅੰਗਦ ਸਾਹਿਬ ਨੇ ਬਾਹਰ ਆ ਕੇ ਦਰਸ਼ਨ ਦਿੱਤੇ। ਧਿਆਨ ਦੇਣਾ, ਇੱਥੇ ਭਾਈ ਵੀਰ ਸਿੰਘ ਤੇ ਰਾਈਟਰਾਂ ਨੇ ਇੱਕ ਗੱਲ ਲਿਖੀ ਹੈ ਤੁਹਾਡੇ ਪਕੜਨ ਵਾਲੀ। ਉਹ ਕਹਿੰਦੇ ਗੁਰੂ ਅੰਗਦ ਸਾਹਿਬ ਦੀ ਇਹ ਗੱਲ ਨੇ ਇੱਕ ਚੀਜ਼ ਪ੍ਰਗਟ ਕਰਤੀ। ਨੋਟ ਕਰਿਓ ਜਰ, ਸ਼ਾਇਦ ਤੁਹਾਡਾ ਇਹ ਗੱਲ ਸੁਣ ਕੇ ਕੀਰਤਨ ਨਾਲ ਪਿਆਰ ਵੱਧ ਜਾਏ। ਸੁਣਨ ਨਾਲ ਵੀ ਤੇ ਕਰਨ ਨਾਲ ਵੀ। ਬੜੀਆਂ ਗੁਰਮੁਖ ਰੂਹਾਂ ਨੇ ਇਹ ਲਿਖਿਆ ਕਿ ਗੁਰੂ ਅੰਗਦ ਸਾਹਿਬ ਜਦੋਂ ਕੀਰਤਨ ਆਰੰਭ ਹੋ ਗਿਆ ਤੇ ਆਪੇ ਦਰਸ਼ਨ ਦੇ ਤੇ ਬਾਹਰ ਆ ਗਏ। ਇੱਕ ਗੱਲ ਨੂੰ ਪ੍ਰਗਟ ਕਰਤਾ ਕਿ ਜੇ ਗੁਰੂ ਨੂੰ ਪਾਉਣਾ ਜਾਂ ਗੁਰੂ ਨੂੰ ਰਿਝਾਉਣਾ ਜਾਂ ਗੁਰੂ ਨੂੰ ਮਿਲਣਾ ਜਾਂ ਗੁਰੂ ਦੇ ਚਰਨ ਪਰਸਣੇ ਨੇ ਤੇ ਸਭ ਤੋਂ ਵੱਡਾ ਰਾਹ ਕੀਰਤਨ ਹੈ। ਕੀਰਤਨ ਦੇ ਵਿੱਚ ਜੁੜ ਜਾ, ਗੁਰੂ ਪ੍ਰਤੱਖ ਉੱਠ ਕੇ ਤੇਰੇ ਕੋਲ ਆ ਜਾਏ। ਆਖੋ ਸਤਨਾਮ। ਆ ਪ੍ਰਗਟ ਕਰਤਾ ਪਿਤਾ ਜੀ ਕਲਯੁਗ ਮੈਂ
गुरमुख जपिए हल युग में परदाना कल युग महाराज गुरु अंगद साहब ने दर्शन देते ध्यान देना कोई उठे ना तीन चार मिनट की विचार क्योंकि माई का अंत समय तक आना ता ही भाग पूरा हो गुरु अंगद साहब ने एक बचन कहे बाबा बुढ़ा जी मैं कहना इन्नी बरीकी मिलती है ये नहीं क्या निहाल गुरु अंगद साहब कहते गुरु नानक दे निहाल कीते प्यारे सदा निहाल आखो साधना जरा बरीकी सुनी भाई बाबा बुढ़ा जी मानता भी तुहानू गुरु नानक ने निहाल किया है गुरु नानक दे निहाल कीते प्यारे सदा निहाल गुरु अंगद साहब बाबा बुढ़ा जी कहते असी बचन करते हैं तेरी गुर परमेश्वर नाल सदा बनी रहेगी तीजा बचन गुरु अंगद साहब ने किया बाबा बुढ़ा साहब नू तेरी वंश बाबा बुढ़ा जी तेरी वंश भी गुरु की गद्दी दे नाल नाल तुरी रहेगी बाबा बुढ़ा जी इन्हां चीजां नाल प्यार वध हुण तुसीं चुबाल ही जाओ बाबे बुढ़े जी की भीड़ ही जाओ जो आ प्यार लैके जाओ कि बाबा जी तुसीं ओ वो जिन्हां नूं गुरु अंगद साहब ने आ कहा तेरी वंश भी गुरु की गद्दी दे नाल तुरी जाएगी चौथा भजन कीता बाबा बुढ़ा जी तुहाडी गुरु घर नाल सदा बनी रहेगी तेरी भी अगो लफज ने तेरिया की भी आपको साथ जरा समझ लेना बरीकी बाबा बुढ़ा साहब जी जेड़ा तुहाडे कोल तेरियां दी भी शरदा नाल आएगा उन्हां दी भी गुरु घर नाल बनी रहे मेरे ख्याल नाल ते चलो बाबा बुढ़ा जी दे इस स्थान ते किते आ प्यार लैके चले जाइए जिवें गुरु अंगद साहब कीर्तन सुन के दर्शन देते दे आ प्यार लैके जाइए बाबा बुढ़ा साहब भी साध संगत झोलियां भर के तुर प्यार ही सच देखो गुरु अंगद साहब के बचन ने गुरु नानक दे निहाल कीते प्यारे सदा निहाल तेरी गुरु परमेश्वर नाल सदा बनी रहेगी तेरी वंश भी गुरु की गद्दी दे नाल नाल तुरी रहेगी सदा बनी रहेगी तेरी भी ते तेरिया दी भी आपको साथ ना हुण गुरु अंगद साहब आ गए माई आई ते माई भराई नू गुरु अंगद साहब ने की बचन कीते गुरु नानक दी तारी हुई माई सदा निहाल आपको साथ ना भी तू गुरु नानक दी तारी हुई गुरु नानक दी तारी हुई माई सदा निहाल तेरी चुप तेरी अजर जरन वाला जेरा तेरी काल अज गुरु दे दर ते प्रवान हुई तेरी चुप तेरी अजर जरन वाला जेरा तेरी काल गुरु दे दर ते प्रवान हुई है गुरु नानक दियां सदा खुशियां ए माई भराई तेरे नाल रहणगी हुण आपां थोड़ा जिहा माई दा छे के सत गुण ने वो बीबी उस तुहाडे सुणन वाले एक दो मिनट में ही आप गुरु साहब कृपा करन एक बारी सारी संगत कृपा करो जित जमे राजा
जित जम्मे भजन जी माई भराई का एक पहला गुण सी आए गए दी प्यार नाल सेवा करदे सी ते सुनियो मुख ते हर वेले जपजी साहब चलदी रहिंदी हक सतगुरु ये चीजां बैटरी चार्ज दूजा लिखे है सुभा ठहरिया सी ते समझ उची सी सुभा ठहरिया सी ते समझ उची सी तीजा लिखे है जेड़ा कोई आवे उन्हूं गुरु नानक दा उपदेश सुणाउंदे सी चौथा लिखे है कि कोई आवे माई भराई उन्हां नूं अपने मुख तो सीसां देंदे सी आखो साथी सीसां पंजवां लिखे है जेड़ा आवे उन्हूं चार बचन सुणांदे सी चार बाणी ना विसरो नाम ना भुलो ध्यान चरणा च रखो रजा मिठी लगे आखो सतनाह माही विराई एक दिन गुरु अंगद साहब नूं कहण लगी मैनूं इंज लगदा दिन थोड़े रह गए जाण दे आखो सतनाह गुरु अंगद साहब को कहिंदे हां इस तरह ही है आखो सतनाह हां इस तरह ही है माई भराई कहिंदी है जी अपने चानने दे सदका मैनू पार लंघा देना सुने गुरु अंगद साहब नूं कहिंदी अपने चानने दे सदका मैनू पार लंघा देना अगों गुरु ना गुरु अंगद साहब कहिंदे माई तू गुरु नानक दीआं खुशियां लई है तू गुरु नानक नूं रजाया है तू गुरु नानक दे दर्शन कीते है गुरु नानक दा चानना सदा तेरे अंग संगी है आखो सतनाम गुरु नानक दा चानना सदा तेरे अंग संगी है वो दूर नहीं कहिंदे माई बराई दी इन्नी अवस्था सी अपने जान दी कोई घबराहट नहीं अपने परिवार नूं इत्थों तक कहना भी मैं मुसाफर हाँ मेरी अरदास करियो जिथे हुण मैं जा रही हाँ एहो जी मिलां के उस तों मुड़ के विछड़ा ही नहीं अमृत वेले बस समाप्ति एक मिनट अमृत वेला से गुरु अंगद साहब दवान च आंदे से अज दवान च नहीं आए खंडूर किथे चले गए माई भराई दे घर कहिंदे माई भराई ने चौंकड़ा मारिया नैण बंद ने उठण दी हिम्मत नहीं गुरु अंगद साहब चुप करके बह गए माई ने नैण खोले भाई वीर सिंह लिखते हैं नैण खोल के ते सिर झुका के ते धीमी जी आवाज विच निकलिया धन गुरु नानक धीमी जी आवाज विच निकलिया धन गुरु नानक जदों धीमी जी आवाज विच निकलिया धन गुरु नानक ते माई भराई ने सत्संग सवास दे आखो सतनाम ये भाई वीर सिंह ने लिखा उस वेले गुरु अंगद साहब ने आ पंक्ति बोली नानक सदा सुहागणी जिन ज्योति जोत समाए आखो सतनाम नानक सदा सुहागणी जिन ज्योति जोत समाए हुण इत्थों अंदाजा ला कैसा साडे गुरु नानक दा घर है
कन्ना नूं हाथ लग गए। माई भराई का संस्कार, माई भराई का खीरला वेला सारा धन गुरु अंगद देव महाराज जी ने आप संभाले। कैसा घर है गुरु नानक। कितना सत्कार है बीबी। अज एक रंगी हुई रूह सिख पंथ दियां सत्कारत बीबियां, ये दूजा भाग माई भराई दे जीवन दे आप जी ने दर्शन किते भी कैसा प्यार दे कैसा माण गुरु नानक दे घरों उसनू मिलिया। अज अरदास करके जायो, ओ एक प्यार दा किनका, रंग दा किनका, प्री दा किनका, जुगती दा किनका। अजुगती है जी, जग विच वसो ते वैराग विच रसो, कैसी माई भराई दियां जुगतियां, कैसा सच कैसा प्यार ओ साडे घरां च वी आवे सब नू जी आया नू। एक करी पढ़ियो फिर समाप्ति है जी। ओ क्यों मंदा आती यत जमे पुरशा अते सिंह साहिबान जी दी आसी सत्का भाई साहब भाई गुरु इकबाल सिंह जी अते बीबी कौला जी भलाई केंद्र ट्रस्ट वालों बंदी छोड़ दिवस नु समर्पित 31वां सलाना गुरमत समागम 30 सितंबर तो 2 अक्टूबर तक बीबी कौला जी भलाई केंद्र ट्रस्ट तरन तारन रोड श्री अमृतसर साहिब विखे करवाया जा रहा है। 2 अक्टूबर नु सवेरे 8 बजे तो दोपहर 2 बजे तक गुरमत समागम होवेगा, जिस विच कवि दरबार, कीर्तन दरबार तो इलावा 13 साबत सूरत लोड़वंद बच्चे बच्चियां दे आनंद कारज भी होंगे। हरेक बच्चे बच्ची नू जरूरी समान तो इलावा 180 लीटर दा फ्रिज भी दिता जावेगा। विशेष बेनती, लोड़वंद साबत सूरत परिवार जिन्ना दे रिश्ते पहला ही आपस विच तय हुए हन इन्हां नंबरां ते संपर्क कर सकते हन 98765 25815 25820 अते 47।